ਖਾਲਾ ਸਰਾਇਆ ਇੱਕ ਐਸੀ ਜਫਾ ਕਾ ਸ਼ੌਹਰਤ ਹੋਈ ਆ ਆਵੇ ਅੱਜ ਜਦੋਂ ਪੈਦਾ ਹੋਇਆ ਯਕੀਨ ਕਰੋ ਉਹਦੇ ਕੋਲ ਕਦੀ ਨਾਂ ਨਹੀਂ ਹੋਈ ਹਾਲਾਂਕਿ ਫੁੱਫੋ ਦਾ ਇੱਕ ਨਾਂ ਹੈ ਲੇਕਿਨ ਫੁੱਫੋ ਦੀਆਂ ਧੂੜਾਂ ਸੀ ਵੀ ਨਹੀਂ ਆਹ ਸਾਲਾ ਜਦੋਂ ਜੰਮਿਆ ਨਾ ਉਦੋਂ ਹੀ ਧੂ ਜੰਮਿਆ ਉੱਥੇ ਸੇਕ ਹੀ ਨਹੀਂ ਦੇਣਾ ਪਿਆ ਸਕੰਜਵੀ ਰੋਣ ਨਹੀਂ ਪਈ ਆ ਇੰਨਾ ਸੇਕ ਸੀ ਔਰ ਜਦੋਂ ਜੰਮਿਆ ਨਾ ਅਸੀਂ ਦਾਈ ਨੂੰ ਪੈਸੇ ਦਿੱਤੇ ਕਿਉਂ ਉਹਨਾਂ ਨੇ ਵਾਪਸ ਕਰਤੇ ਭਾਈ ਉਹਨੂੰ ਕਿਹਾ ਵੀਰਾ ਪੈਸੇ ਰਹਿਣ ਦਿਓ ਇਹਨਾਂ ਨੂੰ ਇਹ ਸਮਝਾਓ ਕਿ ਦੁਬਾਰਾ ਕਲਮੇ ਪੜ੍ਹੋ ਇਹਨਾਂ ਦਾ ਇਮਾਨ ਕਮਜ਼ੋਰ ਹੋ ਗਿਆ ਤੈਨੂੰ ਜੰਮ ਕੇ ਤੇ ਦਾਦੀ ਕੋਲ ਮਹੱਲੇ ਦੇ ਬੱਚੇ ਪੜ੍ਹਨ ਲੱਗ ਗਏ ਸੀ ਆ ਪਿਓ ਪੁੱਤ ਨੇ ਤੇ ਨਾਲ ਧੀ ਆ ਇਹਨਾਂ ਦੀ ਮਾਂ ਦੀ ਹਰੇ ਡਾਈ ਖਰਾਬ ਸੀ ਬ੍ਰਦਰ ਬਣ ਕੇ ਓਏ ਬ੍ਰਦਰ ਓ ਯਾਰ ਦੱਬਕੇ ਕੋ ਮਾਰੀ ਯਾਰ ਤੁਸੀਂ ਪਾਲੀ ਆ ਕੀ ਹੋ ਗਿਆ ਆ ਵੀ ਸਾਨੂੰ ਵੀ ਇਹ ਕੋਈ ਬਚਦਾ ਆ ਬਚਣਾ ਕੀ ਆ ਮੇਰੀ ਭੈਣ ਆ ਬ੍ਰਦਰ ਬਣ ਤੂੰ ਸਾਲਿਆ ਸਟੈਪ ਬ੍ਰਦਰ ਬਣਦੇ ਆ ਮੈਂ ਤੇਰੇ ਥੱਪੜ ਮਾਰਦਾ ਮੂੰਹ ਤੇ ਓ ਮੇਰੀ ਭੈਣ ਆ ਓਏ ਕਾਲਿਆ ਭਰਾਵਾ ਜੀ ਬੜਾ ਪਿਆਰ ਓਏ ਹਰਾਮ ਦੇ ਅਸੀਂ ਭੈਣ ਭਰਾ ਜਦੋਂ ਪਿਆਰ ਕਰਦੇ ਆ ਨਾ ਫਿਰ ਸਾਡੇ ਪੂਰੇ ਰਿਸ਼ਤੇਦਾਰਾਂ 'ਚ ਪਤਾ ਲੱਗਦਾ ਇਹ ਤੁਹਾਡਾ ਦੋਵਾਂ ਦਾ ਪਿਆਰ ਨਹੀਂ ਤੁਹਾਡਾ ਖਾਨਦਾਨੀ ਫਾਲਟ ਆ ਤੇਰਾ ਆਪਾ ਵੀ ਸਕੀ ਫੁੱਪੀ ਜੋ ਹੋਇਆ ਵਾ ਕਿਸੇ ਗੰਦੀ ਨਸਲ ਦੇ ਚੱਲਦੇ ਕੰਮ 'ਚ ਹੇਠ ਤਾਂ ਹੋ ਨਹੀਂ ਜਾਂਦਾ ਹੋਇਆ ਹੀ ਬਹੁਤ ਇਹ ਜਿਹੜਾ ਆ ਬਹੁਤਾ ਬੋਲਦਾ ਨਾ ਇਹ ਕਿਸੇ ਨੇ ਰੋਟੀ ਲੈ ਕੇ ਨਹੀਂ ਤੇਰੇ ਪਿੱਛੇ ਆਉਣਾ ਸਾਰਿਆ ਜਿਹੜਾ ਸਿਪਾਹੀ ਵਾਕਫ ਹੁੰਦਾ ਉਹ ਹੀ ਸਮੁੰਦਰੀ ਗਿਆ ਹੁੰਦਾ ਆ ਸਾਡੇ ਭੈਣ ਭਰਾ ਦਾ ਮਸਲਾ ਕਰੀਏ ਨਾ ਕਿ ਮੈਂ ਫੜਿਆ ਗਿਆ ਉਹ ਕਹਿੰਦਾ ਮੈਂ ਆਪ ਫੜਿਆ ਗਿਆ ਭੈਣ ਭਰਾ ਦਾ ਮਸਲਾ ਇੱਥੇ ਕਿਸ ਤਰ੍ਹਾਂ ਫੜ ਹੋ ਜਾਂਦਾ ਹਾਂ ਕੁੜੀ ਕੁੜੀ ਇਹਨੂੰ ਆਪਣਾ ਨੈਗੇਟਿਵ ਸਮਝਦੀ ਹੈ ਤੇਰੀ ਸਕੀ ਬੁੱਢੀ ਤੇਰੇ ਮੂੰਹ ਤੇ ਛਾਪਰ ਚੜਾ ਕੇ ਚੁੰਮੀ ਲੈਂਦੀ ਆ ਸਾਰੇ ਸ਼ਹਿਰ ਨੂੰ ਪਤਾ ਸਾਡੀ ਕੇਅਰਫੁਲ ਫੈਮਿਲੀ ਆ ਇਹਤਿਆਤ ਕਰੀਦਾ ਤੇਰੀ ਕੇਅਰਫੁਲ ਆ ਨਾ ਤੇ ਤੇਰੇ ਪਿਓ ਦਾ ਨੀਚ ਐਂਡ ਕਲੀਨ ਫੈਮਿਲੀ ਦਾ ਤਲਕ ਆ ਇਹਨਾਂ ਵਾਸਤੇ ਗਾਇਆ ਨੁਸਰਤ ਖਾਨ ਸਾਹਿਬ ਨੇ ਦਲਿਆਂ ਦੇ ਦੁੱਖ ਵੱਖਰੇ ਅਸੀਂ ਤਾਂ ਦੂਸਰਾ ਸੁਣਿਆ ਤੂੰ ਵੀ ਸੁਣਿਆ ਭੈਣਾ ਜੀ ਡੈਡ ਜੀ ਬ੍ਰਦਰ ਪਾਪਾ ਸੇ ਕਹੋ ਹਮੇ ਵੋ ਅਰੇ ਓਏ ਇਹ ਕੀ ਕਰਨ ਦਾ ਹੈ ਡੈਡੀ ਆਤ ਮੈਂ ਝੂਮ ਰਹੀ ਹੂੰ ਇਹ ਵੀ ਨਸ਼ਾ ਕਰਦੀ ਹੈ ਇਹ ਪੀਣੀ ਨਹੀਂ ਹੈਗੀ ਅਸੀਂ ਵੇਚਣੀ ਆ ਇਹ ਵੇਚਣੀ ਆ ਅੱਜ ਤਾਂ ਪੀਣ ਦੀ ਤਮੀਜ਼ ਆ ਨੂੰ ਤਮੀਜ਼ ਵੀ ਨਹੀਂ ਹੈਗੀ ਪੀਣ ਦੀ ਮੈਂ ਤੇ ਸ਼ੁਰੂ ਕੀਤੀ ਹੈ ਲੈ ਇਹ ਪਾਊਡਰ ਲੂਣ ਮਿਰਚਾਂ ਵਾਲੇ ਡੰਡੇ ਤੇ ਪਾ ਕੇ ਤੇ ਡਰਾਈਵਰ ਰਗੜ ਕੇ ਤੇ ਚੱਖਣ ਲਈ ਹੁੰਦੀ ਆ ਮੈਂ ਕੀ ਸੁਣ ਲਿਆ ਉਹ ਡੰਡਾ ਸਰੀਰ ਵਾਪਸ ਕੀਤਾ ਕਿ ਨਹੀਂ ਹੁਣ ਹੁਣ ਮੈਂ ਜਾ ਰਿਹਾ ਆ ਬੈਂਕ ਮੈਂ ਨਾ ਤੂੰ ਕਿਰਾਏ ਲਈ ਨਹੀਂ ਚੱਲਿਆ ਜੋ ਕਿ ਮੈਂ ਪੈਸੇ ਲੈਣ ਚੱਲਾ ਆ ਮਹਿਮਾਨ ਆ ਰਹੇ ਨੇ ਤੇ ਉਹਨਾਂ ਦੀ ਦੇਖਭਾਲ ਕਰਨੀ ਆ ਕਿਉਂਕਿ ਮਾਲ ਅੱਜ ਪਹੁੰਚ ਜਾਣਾ ਸਾਡਾ ਤੇ ਸਾਰੇ ਇਲਾਕਿਆਂ ਦੇ ਵਿੱਚ ਅੱਜ ਪਾਊਡਰ ਫਲਾ ਦਿਓ ਪਰ ਹੁਣ ਇੱਥੇ ਟੌਂ ਟੌਂ ਕਰੀ ਜਾਣਾ ਨਿਕਲ ਲਿਆ ਉਹਨੂੰ ਦੇ ਸਵਾਰੀ ਭਾਵੇਂ ਖੋਲ ਲੈਣਾ ਦੱਬ ਜਾਏ ਆਪ ਅੰਦਰ ਜਾਏ ਔਰ ਕੱਪੜੇ ਚੇਂਜ ਕਰੇ ਮੈਂ ਕਰਕੇ ਆਈ ਸਰਾਇਆ ਦੇ ਪੁੱਛ ਲਵਾਂ
ਮਾਮਾ ਸਭਦੀਆਂ ਸਾਂਝੀਆਂ ਸਹੀ ਗੱਲ, ਲੇਕਿਨ ਕਿਰਦਾਰ ਆਪਣਾ ਆਪਣਾ। ਜੇ ਨਾ ਮਾਵਾਂ ਦੇ ਕਿਰਦਾਰ ਨਹੀਂ ਨਾ ਠੀਕ ਹੁੰਦੇ, ਉਹਨਾਂ ਦੀ ਔਲਾਦ ਵੀ ਨਹੀਂ ਠੀਕ ਹੁੰਦੀ।